हाँ जी सत श्री अकाल जी सारिया नूं। इस वीडियो विच आपां गल करांगे पंजाबी मॉडल सिमू बूटर बारे जो कि टिकटॉक राही फेमस होए ते अज इंस्टाग्राम उत्ते लखां लोक उहनां दे फैन ने उहनां नूं फॉलो करदे ने। अज आपां उहनां दे जन्म पिंड कैरियर फैमिली स्ट्रगल ते इनकम बारे डिटेल नाल गल करांगे। सो सब तो पहलां जे उहनां दे जन्म बारे गल करिए तां सिमू बूटर दा जन्म 28 अक्तूबर सन 1996 नूं जिला लुधियाणा दे पिंड नथोवाल विच होया जो कि रायकोट दे नेड़े पैंदा है। उहनां दा जन्म इक जट सिख किसान परिवार च होया। मोबाइल स्क्रीन ਤੁਸੀਂ ਉਹਨਾਂ ਦੇ ਮਾਤਾ ਪਿਤਾ ਦੀ ਫੋਟੋ ਦੇਖ ਰਹੇ ਹੋ। ਉਹਨਾਂ ਦੇ ਫਾਦਰ ਸਾਹਿਬ ਆਰਮੀ ਦੇ ਵਿੱਚ ਸੀ। ਰਿਟਾਇਰਮੈਂਟ ਤੋਂ ਬਾਅਦ ਉਹ ਪਿੰਡ ਨੱਥੋਵਾਲ ਨੂੰ ਛੱਡ ਕੇ ਫਿਰੋਜ਼ਪੁਰ ਆ ਕੇ ਰਹਿਣ ਲੱਗ ਪਏ, ਪਰ ਸਿੰਮੂ ਬੁੱਟਰ ਦੀ ਜ਼ਮੀਨ ਜਾਇਦਾਦ ਪਿੰਡ ਨੱਥੋਵਾਲ ਵਿੱਚ ਹੀ ਹੈ। ਸਿੰਮੂ ਬੁੱਟਰ ਦੀ ਇੱਕ ਵੱਡੀ ਭੈਣ ਵੀ ਹੈ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਆਪਣੇ ਮਾਡਲਿੰਗ ਕੈਰੀਅਰ ਕਰਕੇ ਸਿੰਮੂ ਬੁੱਟਰ ਨੂੰ ਮੋਹਾਲੀ 'ਚ ਵੀ ਰਹਿਣਾ ਪੈਂਦਾ ਹੈ ਜਿੱਥੇ ਉਹਨਾਂ ਦਾ ਆਪਣਾ ਫਲੈਟ ਹੈ। ਜੇ ਸਿੰਮੂ ਬੁੱਟਰ ਦੀ ਹਾਈਟ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਹਾਈਟ 6 ਫੁੱਟ ਤੋਂ ਵੀ ਉੱਤੇ ਹੈ। ਸੰਨ 2022 ਦੇ ਹਿਸਾਬ ਨਾਲ ਉਹਨਾਂ ਦੀ ਉਮਰ 27 ਸਾਲ ਹੋ ਚੁੱਕੀ ਹੈ। ਜੇ ਉਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਤਾਂ ਅਜੇ ਨਹੀਂ ਹੋਇਆ, ਪਰ ਉਹਨਾਂ ਦਾ ਰਿਸ਼ਤਾ ਹੋ ਚੁੱਕਿਆ ਹੈ ਤੇ ਜਲਦ ਹੀ ਉਹ ਵਿਆਹ ਵੀ ਕਰਵਾ ਹੀ ਲੈਣਗੇ। ਹੁਣ ਜੇ ਸਿੰਮੂ ਬੁੱਟਰ ਦੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ +2 ਕੰਪਲੀਟ ਕਰਨ ਤੋਂ ਬਾਅਦ BA ਫਸਟ ਈਅਰ 'ਚ ਐਡਮਿਸ਼ਨ ਲੈ ਲਈ ਸੀ, ਪਰ ਉਸ ਤੋਂ ਬਾਅਦ ਉਹਨਾਂ ਦੀ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਗਈ ਸੀ, ਜਿਸ ਕਰਕੇ ਉਹਨਾਂ ਨੇ BA ਵਿਚਾਲੇ ਹੀ ਛੱਡ ਦਿੱਤੀ। ਉਧਰ ਉਹ ਆਰਮੀ ਦੀ ਟ੍ਰੇਨਿੰਗ ਵੀ ਛੱਡ ਆਏ ਤੇ BA ਦੀ ਪੜ੍ਹਾਈ ਵੀ ਵਿਚਾਲੇ ਰਹਿ ਗਈ। ਸੋ ਉਹਨਾਂ ਨੇ +2 ਤੱਕ ਦੀ ਪੜ੍ਹਾਈ ਕੰਪਲੀਟ ਕੀਤੀ ਹੋਈ ਹੈ, ਉਸ ਤੋਂ ਬਾਅਦ ਉਹ ਅੱਗੇ ਨਹੀਂ ਪੜ੍ਹ ਸਕੇ। ਤੁਹਾਨੂੰ ਦੱਸ ਦਈਏ ਕਿ ਉਹ ਹਾਕੀ ਵੀ ਖੇਡਦੇ ਸੀ, ਹਾਕੀ ਦੇ ਵਿੱਚ ਉਹ ਨੈਸ਼ਨਲ ਪਲੇਅਰ ਰਹਿ ਚੁੱਕੇ ਨੇ। ਜੇ ਉਹਨਾਂ ਦੇ ਸੋਸ਼ਲ ਮੀਡੀਆ ਕੈਰੀਅਰ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਸਭ ਤੋਂ ਪਹਿਲੀ ਵੀਡੀਓ ਮਿਊਜ਼ਿਕਲੀ ਐਪ ਉੱਤੇ ਅਪਲੋਡ ਕੀਤੀ। ਦਰਅਸਲ ਉਹ ਕਿਸੇ ਵਿਆਹ 'ਚ ਗਏ ਹੋਏ ਸੀ, ਉੱਥੇ ਉਹਨਾਂ ਨੇ ਸੈਲਫੀ ਵੀਡੀਓ ਬਣਾ ਕੇ ਅਪਲੋਡ ਕਰਤੀ। ਪਹਿਲਾਂ ਤਾਂ ਲਾਈਕ ਵਿਊ ਵਗੈਰਾ ਬਹੁਤ ਘੱਟ ਆਉਂਦੇ ਸੀ, ਪਰ ਉਹ ਵੀਡੀਓ ਬਣਾ ਕੇ ਪਾਉਂਦੇ ਰਹੇ। ਇਸ ਤਰ੍ਹਾਂ ਇੱਕ ਵਾਰ ਉਹਨਾਂ ਨੇ ਟਿਕਟੌਕ ਉੱਤੇ ਜਸਕਰਨ ਗਰੇਵਾਲ ਦੇ ਸੌਂਗ ਗੱਟੇ ਗੁੜ ਦੇ ਉੱਤੇ ਵੀਡੀਓ ਬਣਾ ਕੇ ਅਪਲੋਡ ਕਰਤੀ, ਜਿਸ ਉੱਤੇ ਬਹੁਤ ਜ਼ਿਆਦਾ ਵਿਊਜ਼ ਆਏ। ਹਾਲਾਂਕਿ ਲਾਈਕ ਥੋੜੇ ਘੱਟ ਸੀ, ਪਰ ਵਿਊ ਬਹੁਤ ਜ਼ਿਆਦਾ ਸੀ, ਤਾਂ ਫਿਰ ਉੱਥੋਂ ਹੀ ਉਹਨਾਂ ਦੀਆਂ ਵੀਡੀਓਜ਼ ਚੱਲਣੀਆਂ ਸ਼ੁਰੂ ਹੋ ਗਈਆਂ। ਸੋ ਟਿਕਟੌਕ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਹਾਲਾਂਕਿ ਟਿਕਟੌਕ ਤੋਂ ਪਹਿਲਾਂ ਵੀ ਉਹ ਇੰਸਟਾਗ੍ਰਾਮ ਅਤੇ ਫੇਸਬੁੱਕ ਉੱਤੇ ਫੋਟੋਜ਼ ਵਗੈਰਾ ਅਪਲੋਡ ਕਰਦੇ ਹੁੰਦੇ ਸੀ, ਪਰ ਟਿਕਟੌਕ ਤੋਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਤੇ ਉੱਥੋਂ ਹੀ ਉਹਨਾਂ ਦਾ ਨਾਮ ਬਣਿਆ ਤੇ ਅੱਜ ਇੰਸਟਾ ਉੱਤੇ ਸਿੰਮੂ ਬੂਟਰ ਦੇ 3,14,000 ਤੋਂ ਵੀ ਵੱਧ ਫੋਲੋਅਰਸ ਨੇ। ਇਸ ਤੋਂ ਇਲਾਵਾ ਸਿੰਮੂ ਬੂਟਰ ਕਈ ਪੰਜਾਬੀ ਗਾਣਿਆਂ 'ਚ ਵੀ ਮਾਡਲਿੰਗ ਕਰ ਚੁੱਕੇ ਨੇ, ਜਿੱਦਾਂ ਕਿ ਕੁਵਾਰੇ ਜੱਟ, ਪੱਗਾਂ ਟੇਡੀਆਂ, ਬੋਤਲੇ, ਮਾਈ ਜੌਨ, ਤੇਰੇ ਰਾਂਝੇ ਦੀਆਂ ਤੇ ਅੱਧਾ ਮੋਹਾਲੀ ਵਰਗੇ ਗਾਣਿਆਂ 'ਚ ਉਹ ਮਾਡਲਿੰਗ ਕਰ ਚੁੱਕੇ ਨੇ। ਜਸਕਿਰਤ ਮਾਨ, ਪ੍ਰੀਤ ਢਿੱਲੋਂ, ਗੁਰਸ਼ਰਨ ਗਿੱਲ ਤੇ ਨਿਸ਼ਾਨ ਖਹਿਰਾ ਉਹਨਾਂ ਦੇ ਵਧੀਆ ਦੋਸਤ ਨੇ। ਇਹਨਾਂ ਦੀ ਸਾਰੀ ਟੀਮ ਨੇ ਰਲ ਕੇ ਬਿੱਗ ਕਿਡਜ਼ ਨਾਂ ਦਾ ਇੱਕ ਯੂਟਿਊਬ ਚੈਨਲ ਵੀ ਬਣਾ ਰੱਖਿਆ, ਜਿਸ ਉੱਤੇ ਇਹ ਬਲੌਗਸ ਵਗੈਰਾ ਅਪਲੋਡ ਕਰਦੇ ਨੇ। ਸਿੰਮੂ ਬੂਟਰ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿਸ ਉੱਤੇ ਉਹਨਾਂ ਨੇ ਸਿਰਫ 1 ਵੀਡੀਓ ਅਪਲੋਡ ਕੀਤੀ ਹੈ ਤੇ ਉਹਨਾਂ ਦੇ 10K ਤੋਂ ਵੀ ਵੱਧ ਸਬਸਕ੍ਰਾਈਬਰ ਹੋ ਚੁੱਕੇ ਨੇ ਸਿਰਫ 1 ਵੀਡੀਓ ਨਾਲ। ਜੇ ਉਹਨਾਂ ਦੀਆਂ ਕਾਰ ਕਲੈਕਸ਼ਨ ਬਾਰੇ ਗੱਲ ਕਰੀਏ ਤਾਂ ਉਹਨਾਂ ਕੋਲ ਮਹਿੰਦਰਾ ਸਕੋਰਪੀਓ ਕਾਰ ਹੈ ਤੇ ਨਾਲ ਹੀ ਉਹਨਾਂ ਕੋਲ ਇੱਕ ਬੁਲਟ ਵੀ ਹੈ। ਹੁਣ ਜੇ ਉਹਨਾਂ ਦੀ ਇਨਕਮ ਬਾਰੇ ਗੱਲ ਕਰੀਏ ਤਾਂ ਉਹ ਮਾਡਲਿੰਗ ਰਾਹੀਂ, ਸਪੌਂਸਰਸ਼ਿਪ ਰਾਹੀਂ ਤੇ ਬ੍ਰਾਂਡ ਪ੍ਰਮੋਸ਼ਨ ਰਾਹੀਂ ਮਹੀਨੇ ਦੇ ਵਧੀਆ ਪੈਸੇ ਕਮਾ ਲੈਂਦੇ ਨੇ। ਸੋ ਇਦਾਂ ਬੇਸ਼ੱਕ ਸਿੰਮੂ ਬੂਟਰ +2 ਤੋਂ ਬਾਅਦ ਅੱਗੇ ਪੜ੍ਹ ਨਹੀਂ ਸਕੇ ਤੇ ਨਾ ਹੀ ਆਰਮੀ ਦੀ ਟ੍ਰੇਨਿੰਗ ਪੂਰੀ ਕਰ ਸਕੇ, ਪਰ ਰੱਬ ਨੇ ਕੋਈ ਨਾ ਕੋਈ ਕੰਮ ਤੁਹਾਡੀ ਕਿਸਮਤ 'ਚ ਲਿਖਿਆ ਹੁੰਦਾ ਹੈ। ਸੋ ਉਹਨਾਂ ਦੀ ਕਿਸਮਤ 'ਚ ਮਾਡਲ ਬਣਨਾ ਲਿਖਿਆ ਸੀ ਤੇ ਅੱਜ ਉਹ ਮਾਡਲਿੰਗ ਦੇ ਵਿੱਚ ਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਵਧੀਆ ਕੰਮ ਕਰ ਰਹੇ ਨੇ। ਸੋ ਇਹ ਸੀ ਪੰਜਾਬੀ ਮਾਡਲ ਸਿੰਮੂ ਬੂਟਰ ਦੀ ਲਾਈਫ ਸਟੋਰੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਫਿਰ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰੱਖਾ।